ਇਹ ਗੱਲ ਮਹਾਰਾਜਾ ਰਣਜੀਤ ਸਿੰਘ ਦੀ ਸਟੇਟ ਦੀ ਜਿਹੜੀ ਇਹ ਜੁਟੀ ਬਣਾਈ ਦੀ ਹੈ ਉਹਦੇ ਵਾਸਤੇ ਵੀ ਇਹ ਅੰਦੋਲਨ ਬੜੀ ਜਲਦੀ ਕਾ ਸ਼ੁਰੂ ਕਰਨਾ ਬਲਕਾ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਪਰ ਜਿਹਦੇ ਕੰਪਲੀਟ ਹੁੰਦਾ ਯੂਵਾ ਰਾਜਪੂਤ ਸਭਾ ਪਰਤੀ ਤੋਂ ਹੀ ਲੱਗ ਉਹ ਦੇ ਦੋ ਭਰਾ ਵੀ ਇਕੱਠੇ ਹੋਣ ਉਹਨੇ ਮਰੋਣ ਦਿੰਦੇ ਹਨ ਲੇਕਿਨ ਇੱਕ ਤੇ ਬਰਦਾਸ਼ਤ ਦਾ ਮਾਦਾ ਹੋਣਾ ਚਾਹੀਦਾ ਇੱਕ ਗੱਲ ਸੁਣਨੇ ਦੀ ਤਾਕਤ ਹੋਣੀ ਚਾਹੀਦੀ ਸਾਡੇ ਲੋਕ ਜਿੰਨੇ ਵੀ ਸਾਡੇ ਭਰਾ ਹਨ ਆ ਸੇਕਾਂ ਅਸ ਨਹੀਂ ਚਾਹੁੰਦੇ ਕਿ ਜਿਹੜਾ ਸਾਡਾ ਗੁਲਦਸਤਾ ਬਣੇਦਾ ਉਹਦੇ ਚ ਇੱਕ ਵੀ ਬੰਦਾ ਬਾਹਰ ਖਾਈਏ ਜਿਸ ਸ਼ਹਿਰ ਦਾ ਖਾਈਏ ਜਿਸ ਸਟੇਟ ਦਾ ਖਾਈਏ ਉਹਦਾ ਨਾਂ ਦੇ ਲਈਏ ਅਸੀਂ ਜੰਮੂ ਜਾਣ ਕੇ ਸਟੇਟ ਵਾਪਸ ਉਸੇ ਬੰਦੇ ਕੀ ਇੱਥੇ ਬਣਾਣਾ ਜਿਹੜਾ ਲੋਕਾਂ ਦੀ ਗੱਲ ਕਰ ਸਕੇ ਅਗਰ ਅਸ ਜੰਮੂ ਦੇ ਲੋਕਾਂ ਦੀ ਗੱਲ ਨਹੀਂ ਕਰਗੇ ਰਾਜਪੂਤ ਦੇ ਜਾਤੀ ਦੇ ਆ ਵੀ ਯੂਵਾ ਰਾਜਪੂਤ ਸਭਾ ਹੈ ਲੇਕਿਨ ਅੱਜ ਇਹ ਜਿਹੜਾ ਮੰਚ ਹੈ ਜਾਂ ਯੂਵਾ ਰਾਜਪੂਤ ਸਭਾ ਹੈ ਇਹ ਪੂਰੇ ਜੰਮੂ ਦੇ ਲੋਕਾਂ ਦੀ ਚਹੇਤੀ ਬਣੀ ਗਈ ਸਾਰੇ ਸਾਡੇ ਭਰਾ ਹਨ ਅਗਰ ਅਸ ਕੋ ਅਸੀਂ ਚੁੱਭਾ ਦਿਓਗੇ ਇਹ ਗਲਤ ਮੈਸੇਜ ਹੈ ਅਸੀਂ ਤਾਂ ਜੰਮੂ ਵਾਸਤੇ ਕੰਮ ਕੀਤਾ ਕਿ ਪ੍ਰੋਪਰਟੀ ਟੈਕਸ ਗਲਤ ਲੱਗਾ ਦਾ ਅਸੀਂ ਉਹਦਾ ਵਿਰੋਧ ਕੀਤਾ ਕਿਉਂਕਿ ਲੱਗਣੇ ਦਾ ਤਰੀਕਾ ਗਲਤ ਹੈ ਕੱਲ ਮਹਾਰਾਜਾ ਹਰਿ ਸਿੰਘ ਜੀ ਦਾ ਪੁੰਨਿਆ ਤਿਥੀ ਜੋ ਮਨਾਈ ਜਾ ਰਹੀ ਹੈ ਉਸ ਕੋ ਲੈ ਕੇ ਅੱਜ ਯੂਵਾ ਰਾਜਪੂਤ ਸਭਾ ਜੋ ਹੈ ਇਸ ਪਰ ਪ੍ਰੈਸ ਕਾਨਫਰੰਸ ਕਰ ਰਹੀ ਹੈ ਔਰ ਕੱਲ ਕੇ ਪ੍ਰੋਗਰਾਮ ਕੇ ਬਾਰੇ ਮੇਂ ਅੱਜ ਉਹਨਾਂ ਨੇ ਜਾਣਕਾਰੀ ਵੀ ਦੀ ਹੈ ਇਸਕੇ ਬਾਰੇ ਮੇਂ ਪੂਰੀ ਜਾਣਕਾਰੀ ਕੇ ਲਈ ਇਸ ਸਮੇਂ ਹਮਾਰੇ ਸਾਥ ਯੂਵਾ ਰਾਜਪੂਤ ਸਭਾ ਕੇ ਵਰਕਿੰਗ ਪ੍ਰੈਜ਼ੀਡੈਂਟ ਰਾਜਨ ਸਿੰਘ ਹੈਪੀ ਜੀ ਯਹਾਂ ਪੇ ਮੌਜੂਦ ਹੈ ਰਾਜਨ ਸਿੰਘ ਜੀ ਕੱਲ ਕਾ ਜੋ ਪ੍ਰੋਗਰਾਮ ਹੈ ਮਹਾਰਾਜਾ ਹਰਿ ਸਿੰਘ ਜੀ ਕੀ ਪੁੰਨਿਆ ਤਿਥੀ ਮਨਾਈ ਜਾ ਰਹੀ ਹੈ ਥੋੜਾ ਇਸਕੇ ਬਾਰੇ ਮੇਂ ਹਮੇ ਬਤਾ ਮੈਂ ਡੋਗਰੀ ਮੇਂ ਡੋਗਰੀ ਗੱਲ ਹੈ ਕੱਲ ਜਿਹੜੀ 8ਵੀਂ ਮਹਾਰਾਜਾ ਹਰਿ ਸਿੰਘ ਦੀ ਪੁੰਨਿਆ ਤਿਥੀ ਹੈ ਉਹ ਮਹਾਰਾਜਾ ਹਰਿ ਸਿੰਘ ਪਾਰਕ ਜਿੰਨਾ ਪਹਿਲਾਂ ਹਰ ਵਾਰੀ ਮਹਾਰਾਜਾ ਹਰਿ ਸਿੰਘ ਔਰ ਸਟੈਚੂ ਬਣਾਉਂਦੇ ਹਾਂ ਕੱਲ੍ਹ ਉੱਥੇ ਥੋੜ੍ਹੇ ਪੁਸ਼ਪ ਅਰਪਿਤ ਕਰੀਏ ਫਿਰ ਅੱਜ ਮਹਾਰਾਜਾ ਹਰਿ ਸਿੰਘ ਪਾਰਕ 'ਚ ਉਹ ਬਣਾ ਕੇ ਸ਼ਰਧਾਂਜਲੀ ਸਮਾਰੋਹ ਨਿਕਲਿਆ ਰੱਖਣਾ ਕਿ ਸਾਰੇ ਜੰਮੂ ਦੇ ਲੋਕਾਂ ਦੀ ਜਾਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਨਿਯੋਤਾ ਹੈ ਉੱਥੇ ਆਉਣੀ ਹੈ ਸਾਰੇ ਲੋਕ ਮਹਾਰਾਜਾ ਹਰਿ ਸਿੰਘ ਔਰੰਗੀ ਸ਼ਰਧਾਂਜਲੀ ਦੇਣ ਕਿਉਂਕਿ ਅਗਰ ਅੱਜ ਅਸੀਂ ਹਿੰਦੁਸਤਾਨੀ ਹਾਂ ਅਸਾਂ ਤਿਰੰਗਾ ਚੁੱਕਣੇ ਹਾਂ ਅਤੇ ਉਹਦੀ ਦੇਣ ਜਿਹੜੀ ਹੈ ਉਹ ਮਹਾਰਾਜਾ ਹਰਿ ਸਿੰਘ ਔਰਨ ਅਤੇ ਉਹਨੇਗੀ ਜਿਹੜੀ ਸੱਚੀ ਸ਼ਰਧਾਂਜਲੀ ਹੈ ਉਹ ਦੇਣੀ ਚਾਹੀਦੀ ਉਹ ਸਾਰੇ ਰਾਜਨੀਤਿਕ ਦਲਾਂ ਪਾਰਟੀਆਂ ਦੀ ਮੇਰੀ ਤਰਫ ਦਾ ਮੈਂ ਸਾਦਾ ਦਿੰਦਾ ਕਿ ਕੱਲ੍ਹ ਆਉਣੀ ਹੈ ਸਾਰੇ ਉੱਥੇ ਆਈ ਹੈ ਅਤੇ ਮਹਾਰਾਜਾ ਹਰਿ ਸਿੰਘ ਉੱਪਰ ਸਟੈਚੂ ਦਾ ਉੱਪਰ ਆਣੀ ਹੈ ਪੁਸ਼ਪ ਚਾੜੀ ਹੈ ਉਹਨੇਗੀ ਸ਼ਰਧਾਂਜਲੀ ਜਿਹੜੀ ਹੈ ਉਹ ਜ਼ਰੂਰ ਦੇਣ ਕਿਉਂਕਿ ਉਹਨੇ ਉਹਦੀ ਬੜਾ ਮਾਣ ਅਤੇ ਸਨਮਾਨ ਹੈ ਮਹਾਰਾਜਾ ਹਰਿ ਸਿੰਘ ਦਾ ਜੰਮੂ ਦੇ ਲੋਕਾਂ ਦੇ ਰਾਜਨ ਸਿੰਘ ਜੀ ਲੇਕਿਨ ਇੱਕ ਚੀਜ਼ ਮੈਂ ਜਾਣਨਾ ਚਾਹਾਂ ਕਿ ਜਿਸ ਤਰੀਕੇ ਕਨ ਇੱਕ ਬੜੀ ਅੱਛੀ ਐਜੀਟੇਸ਼ਨ ਤੁਸੀਂ ਚਲਾਈ ਸੀ ਮਹਾਰਾਜਾ ਹਰਿ ਸਿੰਘ ਹੁੰਦੇ ਜਨਮ ਦਿਵਸ ਦੀ ਛੁੱਟੀ ਵਾਸਤੇ ਉਹਦੇ ਬਾਅਦ ਅਚਾਨਕ ਜਿਹੜਾ ਹੈ ਇਹ ਯੂਵਾ ਰਾਜਪੂਤ ਸਭਾ ਥੋੜ੍ਹਾ ਜਿਹਾ ਨਜ਼ਰ ਨਹੀਂ ਆਈ ਕੀ ਗੱਲ ਦੇਖੋ ਸਾਡਾ ਮਕਸਦ ਹੈ ਕਿ ਮਹਾਰਾਜਾ ਹਰਿ ਸਿੰਘ ਦੀ ਛੁੱਟੀ ਲੈਣੀ ਉਹ ਇੱਕ ਮਕਸਦ ਆ ਸਾਡਾ ਕਿ ਜਿਹੜਾ ਰਾਜਪੂਤ ਵੈਲਫੇਅਰ ਬੋਰਡ ਬਣਵਾਉਣਾ ਲੇਕਿਨ ਸਰਕਾਰ ਵੀ ਇੰਨੀ ਹੈ ਐਲ ਜੀ ਪ੍ਰਸ਼ਾਸਨ ਹੈ ਹਰ ਪੱਖੀ ਦੇ ਲੋਕ ਤੰਗ ਹਨ ਅਤੇ ਜੇਕਰ ਅਸ ਜੰਮੂ 'ਚ ਬੈਠ ਜਾ ਲੋਕ ਕਹਿੰਦੀ ਉਮੀਦਾਂ ਸਿਰਫ ਯੂਵਾ ਰਾਜਪੂਤ ਸਭਾ ਹਨ ਅਗਰ ਅਸ ਐਜੀਟੇਸ਼ਨ ਕਰ ਜਾ ਤਾਂ ਫਿਰ ਜਿਹੜੇ ਪ੍ਰਸ਼ਾਸਨ ਹੈ ਜੈਲ ਜੀ ਸਾਹਿਬ ਨੇ ਸਾਡੇ ਪਰ ਨਾਰਾਜ਼ ਹੋ ਜਾਂਦੇ ਹਨ ਕਿਉਂਕਿ ਜੇ ਜ਼ੁਲਮ ਹੁੰਦਾ ਤਾਂ ਲੋਕਾਂ 'ਚ ਜਾਣ ਦੀ ਜਗ੍ਹਾ ਕੋਹਾ ਕੋਲ ਨਹੀਂ ਹੈ ਲੋਕ ਆਉਂਦੇ ਨੇ ਸਾਡੇ ਕੋਲ ਫਿਰ ਮੈਨੂੰ ਲੱਗਿਆ ਕਿ ਇਹ ਰਾਜਨੀਤਿਕ ਖਾੜਾ ਨਹੀਂ ਬਣੀਆ ਕਿਉਂਕਿ ਹਰ ਮਸਲੇ ਦੇ ਵਿੱਚ ਜੇ ਲਸ ਪਈ ਜਾਂਦੇ ਹਾਂ ਚੁੱਪ ਸਾਡੇ ਕੋਲ ਰੋਣ ਨਹੀਂ ਹੁੰਦਾ ਜੇ ਕੋਈ ਆਵੇ ਤਾਂ ਪਿੱਛਾ ਹੋਣ ਨਹੀਂ ਹੁੰਦਾ ਗੱਲ ਉਹ ਹੈ ਕਿ ਹਰ ਤਰਫ ਜੰਮੂ ਦੇ ਲੋਕਾਂ ਦੀ ਬਰਬਾਦ ਹੋਆ ਦਾ ਅਤੇ ਸੁਣਵਾਈ ਸਾਡੀ ਹੋਵਾ ਦੀ ਨਹੀਂ ਹੈ ਲੇਕਿਨ ਇੱਕ ਚੀਜ਼ ਇਹ ਵੀ ਦਿਖਣੇ 'ਚ ਆਈ ਹੈ ਕਿ ਹਾਲਾਂਕਿ ਇੱਕ ਮਹਾਰਾਜਾ ਹਰਿ ਸਿੰਘ ਦੀ ਛੁੱਟੀ ਦੇ ਇਲਾਵਾ ਵੀ ਯੂਵਾ ਰਾਜਪੂਤ ਸਭਾ ਜਿਸ ਤੁਸੀਂ ਕਰਾ ਰਹੇ ਹੋ ਜਿਹੜੀ ਸਦਾਰਤ ਕਰਦੇ ਹੋ ਇਹਦੇ ਅਜੇ ਵੀ ਬੜੇ ਸਾਰੇ ਐਸੇ ਮੁੱਦੇ ਨੇ ਜਿਹੜੇ ਅਜੇ ਪੈਂਡਿੰਗ ਪਏ ਨੇ ਜਿਹਦੇ ਪਰ ਇੱਕ ਬੜੇ ਸੰਘਰਸ਼ ਦੀ ਵੀ ਜ਼ਰੂਰਤ ਹੈ ਕਿ ਤਾਂ ਕਿ ਸਰਕਾਰ ਜਿਹੜੀ ਹੈ ਉਹਦੇ ਵਾਸਤੇ ਸੋਚੇ ਉਹਦੀ ਵੀ ਭਲਾਈ ਵਾਸਤੇ ਸੋਚੇ ਕਿਉਂਕਿ ਕੁਤੇ ਨਾ ਕੁਤੇ ਇਹ ਜਿਹੜਾ ਵਰਗ ਹੈ ਰਾਜਪੂਤ ਕਮਿਊਨਿਟੀ ਜਿਹੜੀ ਹੈ ਇਸ ਕਾਫੀ ਕਈ ਮਾਮਲੇ ਜਿਹੜੀ ਪਿਛੜੀ ਦੀ ਵੀ ਆਇਆ ਔਰ ਉਸ ਜਿਹੜੀ ਜ਼ਰੂਰੀ ਸਹੂਲਤਾਂ ਚਾਹੀਦੀਆਂ ਨੇ ਸਰਕਾਰ ਦੀ ਤਰਫ ਦਾ ਅਜੇ ਤੱਕ ਹੈ ਨਹੀਂ ਹੈ ਲੇਕਿਨ ਉਹਦੇ ਬਾਰੇ 'ਚ ਅਜੇ ਤੱਕ ਕੋਈ ਵੀ ਕਿਸੇ ਤਰੀਕੇ ਦੀ ਕੁਝ ਤੁਹਾਡੀ ਤਰਫ ਦਾ ਕੁਛ ਅਜੇ ਕਾਰਵਾਈ ਨਜ਼ਰ ਨਹੀਂ ਆਈ ਮੈਂ ਉਹ ਗੱਲ ਆਖਣਾ ਚਾਹੁੰਦਾ ਕਿ ਸਾਡਾ ਜਿਹੜਾ ਇਹ ਵਕਤ ਹੈ ਮੇਰੇ ਪ੍ਰਧਾਨ ਦਾ ਪ੍ਰਧਾਨ ਚੇਂਜ ਕਰਨ ਦਾ ਵਕਤ ਹੈ ਪਿੱਛੇ ਨਹੀਂ ਜਿਹੜੀ ਸਾਡੀ ਇਲੈਕਸ਼ਨ ਹੈ ਉਹਦਾ ਪ੍ਰੋਸੀਜਰ ਇੱਥੇ ਮੀਡੀਆ ਦੇ ਮਾਧਿਅਮ ਕਰਨਾ ਗਿਆ ਮੀਂਹ ਵੀ ਪਤਾ ਚੱਲਿਆ ਕਿਉਂਕਿ ਮੈਂ ਆਊਟ ਆਫ ਸਟੇਸ਼ਨ ਹਾਂ ਅਤੇ ਪ੍ਰਧਾਨ ਜਿਹੜਾ ਨਵਾਂ ਬਣਾਉਣਾ ਉਹਦੇ ਵਾਸਤੇ ਅਸੀਂ ਕੀ ਦੋ ਚਾਰ ਸ਼ਹਿਰਾਂ ਵਿੱਚ ਸਰ ਡਿਸਟ੍ਰਿਕਟ ਸਾਡੀਆਂ ਅਲੱਗ ਅਲੱਗ ਹਨ ਅਸੀਂ ਜਾਣੇ ਪਾਉਣਾ ਉੱਥੇ ਤਿਆਰੀ ਕਰਨੀ ਪਾਉਣੀ ਹੈ ਕਿਉਂਕਿ ਇਹ ਯੂਵਾ ਰਾਜਪੂਤ ਸਭਾ ਦੀ ਉਹਨਾਂ ਨੁਮਾਇੰਦਗੀ ਕਰਨੀ ਹੈ ਲੋਕਾਂ ਦੀਆਂ ਬੜੀਆਂ ਉਪੇਖਸ਼ਾਵਾਂ ਨੇ ਸਾਡੇ ਪਰ ਅਤੇ ਫਿਰ ਅਸੀਂ ਐਸੇ ਬੰਦੇ ਕੀ ਇੱਥੇ ਬਣਾਉਣਾ ਜਿਹੜਾ ਲੋਕਾਂ ਦੀ ਗੱਲ ਕਰ ਸਕੇ ਅਗਰ ਅਸ ਜੰਮੂ ਦੇ ਲੋਕਾਂ ਦੀ ਗੱਲ ਨਹੀਂ ਕਰੀਏ ਰਾਜਪੂਤ ਦੇ ਜਾਤੀ ਦੇ ਆ ਵੀ ਯੂਵਾ ਰਾਜਪੂਤ ਸਭਾ ਹੈ ਲੇਕਿਨ ਅੱਜ ਇਹ ਜਿਹੜਾ ਮੰਚ ਹੈ ਜਾਂ ਯੂਵਾ ਰਾਜਪੂਤ ਸਭਾ ਹੈ ਇਹ ਪੂਰੇ ਜੰਮੂ ਦੇ ਲੋਕਾਂ ਦੀ ਚਹੇਤੀ ਬਣੀ ਚੁੱਕੀ ਦੀ ਹੈ ਇਹਦੇ ਵਿੱਚ ਸਿਰਫ ਰਾਜਪੂਤ ਨਹੀਂ ਹਨ ਸਾਰੇ ਲੋਕ ਇਹਦੇ ਵੱਲ ਵਖੀ
दिखा दे कि अगर कोई कोई भी चुभ लगता है कि युवा राजपूत सभा ने खड़ोना है तो अस खड़ोते दे पिछे नहीं हो गए। रही गल महाराजा हरि सिंह हुंदी स्टेट की जिहड़ी जूठी बनाई दी है उहदे वास्ते भी अहें अंदोलन बड़ी जल्द गै शुरू करना है। बलगा दे महाराजा हरि सिंह दे स्टैचू पर जिस कंप्लीट होंदा युवा राजपूत सभा परतिए तुसीं लभनी है एक बारी, क्योंकि अहें निक्की सरकारें परा बड़ी सरकारां बनदी दिखियां, निक्के शहर जां बड़े शहर बनते दिखे, लेकिन एक पहला जम्मू कश्मीर है जिहड़ा जम्मू कश्मीर परा जम्मू कश्मीर ले लद्दाख परा सिर्फ जम्मू कश्मीर आई आ, यह भी नहीं होया कि जम्मू कश्मीर चाहे साड़ा जम्मू पर आई जाए वो वास्ते अहें सारे लोगों कट्ठे होइए खड़ोने पौना। आया कि पिछले कुछ डेवलपमेंटें कि शायद कुछ राजनीतिक दलें की एक चीज़ बड़ी अखरी है उनकी अखियें च कि यह बड़ी सफलता हासिल हुई है, कुतै ना कुतै उन्हें भी लग्या कि वो राजनीतिक जी उनकी रोटियां सेकते हैं वो बैकफुट पर जा करते हैं, और वास्ते कोई षड्यंत्र भी रचया गया? नहीं देखो मैं तो ये आखता नहीं है, साढ़े सारे साढ़े प्राण अगर अस कोई चुभा दोगे ये गलत मैसेज है। असें तो जम्मू वास्ते काम किया है, ना तो अपने घर वास्ते किस मंगया ना तो घर लेता है, सिर्फ जे एंड के दे महाराजा है आर लास्ट उन्हें असें गी हिंदुस्तानी बनाए दा हा, तो जिहड़ा साढ़ा फर्ज हा असें अपना वो फर्ज अदा किया, उहदे विच सारे जम्मू दे डोगरे हे, कोई भी कौम उहदे विच पिछे नहीं रही है। असें गी स्पैशल जिहड़ा मुस्लिम चैरिटेबल ट्रस्ट है उन्हें अगे हुई असें आखिया कि जिन्ने दिन तुसीं ट्रस्ट खाली चाहिए हो तुस अपने लोग राती आ तुसीं रोटी भी देगे सारे उत्थे रहोगे, क्योंकि ये एक सांझा मुद्दा हा, तो सांझे मुद्दे ते युवा राजपूत सभा हमेशा खड़ोती दी नजर आओ, पहले भी यही हून भी है तो अगे भी खड़ोती दी। इयै गल आखना चाहना लोग तो बड़ा किश करदे न, लोग तो दो भरा भी कट्ठे होने मिलोन दिंदे हन, लेकिन एक तो बर्दाश्त का माता होना चाहिए, एक गल सुनने की ताकत होनी चाहिए। साढ़े लोग जिन्हें भी साढ़े भरा हैं अस एक अस नहीं चाहते कि जिहड़ा साढ़ा गुलदस्ता बने दा उहदे चा एक भी बंदा बाहर जा, सारे लोग कट्ठे होइए जियां चला दे आ इयां चल के अगर कुसै भी कोई भी प्रॉब्लम है अगर साढ़े हत्थ गल हो अस उहदा साथ जरूर देगे सच दा, क्योंकि असीं पिछले दिन असीं लग्या कि प्रॉपर्टी टैक्स गलत लगा दा असें उहदा विरोध किया, क्योंकि लगने का तरीका गलत हा, लाया जां नहीं सही लाया गलत लाया, लेकिन असीं लग्या कि प्रॉपर्टी टैक्स जिहड़ा लाने का तरीका है वह गलत है। उहदे बाद कोई भी जम्मू के लोगों पर गलत होग तो अस युवा राजपूत सभा उहदे कन्नै खड़ोगे, अगर साढ़े कोई आओ अस उसी निराश नहीं करगे, तो कोई भी राजनीतिक पार्टी कन्नै साड़ी कोई दुश्मनी नहीं है, अस सारे आखने कि जिस तन का खाइए जिस शहर का खाइए जिस स्टेट का खाइए उहदा नां दे लईए उसी जम्मू जे एंड के स्टेट वापस से दवाओ, अगर राजनीतिक पार्टियां बनाई दियां सारों पहला फर्ज होना चाहिए कि असीं जूटी बनाए दा जूटी विच उंदा लीडर ने भी कद घटे दा मैं अगर उन्हें अज नहीं पता लगा दा, लेकिन अस चाहते हैं इलैक्शन होया जिस मर्जी पार्टी की सरकार बने हर एक ग्रां दे विच कोई लीडर होंदा फिर वो एम एल ए कोल जांदा फिर वो एम पी कोल जांदा उंदे कम होंदे, अज असीं गी वो जाने वाले रस्ते वो बंद पे दे। मैं जम्मू नॉर्थ की गल करना छे महीने होइए साढ़े उत्थे एस डी एम नहीं लगे दा केड़ी बखिया कोहदे कोल जाचै, मैं गल सुना ना कि अगर साढ़े एम एल ए होंदा लोग उहदे कोल जांदे हे तो वह कोई कम करदे हे, कि एम एल ए बड़ा जरूर होना चाहिए कुछ भी पार्टी का हो, अगर 100 में 50 बंदे जाँगन 50 में 25 के काम होंगे काम के होंगे ना तो सारे लोग एल जी आप दफ्तर नहीं जा सकते तो ना कि एल जी साहब सारे लोगों ने मिलते हैं, इस करियै एक बड़ी बड़ी डिमांड चला दी है जम्मू के एक एडवाइजर भी नहीं लग्या तो कुछ आज जाके तो कुछ गल करके। आखिरी प्रश्न हूँ युवा राजपूत सभा के जो इलेक्शन कुछ पेंडिंग पे दे करते हैं वे बारे अगली के कार्रवाई है कुछ पुजी गल कदों इलेक्शन होने के आसार? मैं तुम्हें सुनाया बड़ी जल्द गए, मैं तरीक मुकुल नहीं करता कि 5 दिन हफ्ते च, लेकिन अस सारे जम्मू कश्मीर साड़ी कोर कमेटी साड़ी स्टेट टीम साड़े चुनिंदा लोग जेडे ना तो कमेटी बच्चे ना स्टेट टीम जे साढ़े कन्नै 10 साल से चला दे सारे का सलाह मशवरा लेइयै विचार विमर्श करियै फिर जरा प्रधान है इतने आनी है प्रेस कॉन्फ्रेंस करिए युवा राजपूत सभा नवा प्रधान बनाइए तो इतने आनी है तुम देगी। धन्यवाद।